SSP ਬਟਾਲਾ ਨੇ ਡੇਰਾ ਬਾਬਾ ਨਾਨਕ ਦੇ ਲੋਕਾਂ ਦੀਆਂ ਸੁਣੀਆਂ ਸਮੱਸਿਆਵਾਂ ਕੀਤੀ ਪਬਲਿਕ ਨਾਲ ਮੀਟਿੰਗ ਲਏ ਗਏ ਸੁਝਾਅ। SSP ਬਟਾਲਾ ਸੁਹੇਲ ਕਸ਼ਮੀਰ ਵੱਲੋਂ ਹਲਕਾ ਡੇਰਾ ਬਾਬਾ ਨਾਨਕ ਦੇ ਵਿਅਕਤੀਆਂ ਨਾਲ ਪਬਲਿਕ ਮੀਟਿੰਗ ਮਾਲੇਵਾਲ ਰੰਧਾਵਾ ਪੈਲਸ ਕੀਤੀ ਗਈ, ਜਿਸ ਵਿੱਚ ਵੱਡੀ ਗਿਣਤੀ ਵਿੱਚ ਵੱਖ ਵੱਖ ਆਗੂਆਂ ਨੇ ਸ਼ਿਰਕਤ ਕੀਤੀ। ਇਸ ਮੌਕੇ SSP ਬਟਾਲਾ ਵੱਲੋਂ ਲੋਕਾਂ ਦੀਆਂ ਜਨਤਕ ਮੁੱਦਿਆਂ ਅਤੇ ਸਮੱਸਿਆਵਾਂ ਸੁਣੀਆਂ ਗਈਆਂ, ਜਿਨ੍ਹਾਂ ਦਾ ਹੱਲ ਕਰਨ ਲਈ ਮੌਕੇ ਦੇ ਅਧਿਕਾਰੀਆਂ ਨੂੰ ਨਿਰਦੇਸ਼ ਜਾਰੀ ਕੀਤੇ। SSP ਬਟਾਲਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਮਾਣਯੋਗ DGP ਗੌਰਵ ਯਾਦਵ ਦੇ ਦਿਸ਼ਾ ਨਿਰਦੇਸ਼ਾਂ ਹੇਠ ਪਿੰਡਾਂ ਸ਼ਹਿਰਾਂ ਕਸਬਿਆਂ ਦੇ ਵਿੱਚ ਲੋਕ ਮੰਡੀ ਤਹਿਤ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ, ਜਿਸ ਦੇ ਨਾਲ ਲੋਕਾਂ ਦਾ ਪੁਲਿਸ ਦੇ ਨਾਲ ਆਪਸੀ ਤਾਲਮੇਲ ਵਧੇਗਾ। ਜੋ ਉਹਨਾਂ ਦੀਆਂ ਸਮੱਸਿਆਵਾਂ ਹਨ ਉਹਨਾਂ ਦਾ ਜਲਦੀ ਹੱਲ ਹੋਵੇਗਾ। ਉਹਨਾਂ ਦੇ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਕਿ ਜੋ ਸਮਾਜ ਵਿੱਚ ਭੈੜੇ ਅੰਸਰ ਹਨ ਉਹਨਾਂ ਦੇ ਸੰਬੰਧ ਵਿੱਚ ਪੁਲਿਸ ਨਾਲ ਤਾਲਮੇਲ ਕਰਕੇ ਦੱਸਿਆ ਜਾਵੇ, ਤਾਂ ਕਿ ਸਮਾਜ ਵਿੱਚ ਫੈਲ ਰਹੀਆਂ ਮਾੜੀਆਂ ਕੁਰੀਤੀਆਂ ਨੂੰ ਖਤਮ ਕੀਤਾ ਜਾ ਸਕੇ। ਇਸ ਮੌਕੇ ਲੋਕਾਂ ਵੱਲੋਂ ਦਿੱਤੇ ਗਏ ਸੁਝਾਅ ਵੀ ਨੋਟ ਕੀਤੇ ਗਏ ਅਤੇ ਉਹਨਾਂ ਨੂੰ ਹੱਲ ਕਰਨ ਦਾ ਭਰੋਸਾ ਵੀ ਦਿੱਤਾ ਗਿਆ। ਇਹ ਬੇਸਿਕਲੀ ਇੱਥੇ ਮਾਨਯੋਗ DGP ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਹੇਠ ਔਰ DIG ਬਾਰਡਰ ਰੇਂਜ ਦੀ ਡਾਇਰੈਕਸ਼ਨ ਦੀ ਕੰਪਲੇਂਟ ਦੇ ਹੇਠ ਅੱਜ ਇੱਥੇ ਅਸੀਂ ਲੋਕ ਮਿਲਣੀ ਕਰਾਈ ਹੈਗੀ। ਇਹ ਸਿਲਸਿਲਾ ਅਸੀਂ ਪਿੱਛੇ ਸ਼ੁਰੂ ਕਰਤਾ ਹੈਗਾ, ਬਟਾਲੇ ਦੇ ਵਿੱਚ ਅਸੀਂ ਪਹਿਲਾਂ ਕਰਤੀ ਹੈਗੀ ਲੋਕ ਮਿਲਣੀ। ਇਹਦਾ ਮਕਸਦ ਇਹ ਹੈ ਕਿ ਅਸੀਂ ਪੁਲਿਸ ਐਡਮਿਨਿਸਟ੍ਰੇਸ਼ਨ ਲੋਕਾਂ ਦੇ ਵਿੱਚ ਜਾ ਕੇ ਉਹਨਾਂ ਦੀ ਜਿਹੜੀ ਸਮੱਸਿਆਵਾਂ ਹੈ, ਪ੍ਰੋਬਲਮਸ ਹੈਗੀਆਂ ਜਾਂ ਉਹਨਾਂ ਦਾ ਜਿਹੜਾ ਫੀਡਬੈਕ ਹੈ, ਉਹਨਾਂ ਦੀ ਸਜੈਸ਼ਨਸ ਹੈ, ਤਾਂ ਉਹ ਸੁਣੀਏ। ਜਿਸ ਤਰ੍ਹਾਂ ਇੱਥੇ ਵੀ ਅਸੀਂ ਕਰ ਰਹੇ ਸੀਗੇ ਤਾਂ ਕਾਫੀ ਸਾਰੇ ਲੋਕ ਸਾਨੂੰ ਫੀਡਬੈਕ ਦੇ ਰਹੇ ਸੀਗੇ, ਚੰਗੀ ਸੁਝਾਅ ਦੇ ਰਹੇ ਸੀਗੇ, ਜਾਂ ਉਹਨਾਂ ਦੇ ਮਤਲਬ ਏਰੀਆ ਦੇ ਵਿੱਚ ਕਿਹੜੀ ਕਿਹੜੀ ਪੁਲਿਸ ਰਿਲੇਟਡ ਪ੍ਰੋਬਲਮਸ ਹੈਗੀਆਂ, ਉਹ ਸਾਰਾ ਅਸੀਂ ਨੋਟ ਕਰ ਲਿਆ ਹੈਗਾ। ਤਾਂ ਉਹਦੇ ਵਿੱਚ ਗੁੱਡ ਟੀਮ ਆਫ ਆਫਿਸਰਸ ਉਹ ਵੀ ਨਾਲ ਸੀਗਾ, ਤਾਂ ਅਸੀਂ ਸਾਰਾ ਨੋਟ ਕਰ ਲਿਆ। ਜਿੱਥੇ ਜਿੱਥੇ ਕੋਈ ਅਸੀਂ ਸਕੋਪ ਆਫ ਇੰਪਰੂਵਮੈਂਟ ਇਜ਼ ਦੇਅਰ, ਉਹਦੇ 'ਤੇ ਡਿਸਕਸ ਕਰਕੇ ਆਪਾਂ ਉੱਥੇ ਇੰਪਰੂਵਮੈਂਟ ਕਰਕੇ ਇੱਕ ਚੰਗੀ ਜਿਹੜੀ ਪੋਲਿਸੀ ਹੈ ਲੋਕਾਂ ਨੂੰ ਦੇ ਦਈਏ। ਸਰ ਬਿਲਕੁਲ ਠੀਕ ਹੈ ਅਤੇ ਬਿਲਕੁਲ ਵਧੀਆ ਸਵਾਲ ਔਰ ਜਵਾਬ ਹੋਏ ਨੇ। ਪਰ ਦੇਖਿਆ ਜਾਏ ਤਾਂ ਜਿਹੜਾ ਪਰਿਆਵਰਨ ਨੂੰ ਬਚਾਉਣ ਦੀ ਗੱਲ ਕੀਤੀ ਜਾਂਦੀ ਹੈ, ਜਿਹੜਾ ਉਹਨਾਂ ਦਾ ਸਵਾਲ ਸੀ, ਪੁੱਛੇ ਵੀ ਜਿਹੜੇ ਜ਼ਿੰਮੇਵਾਰ ਨੇ, ਜ਼ਿੰਮੇਵਾਰ ਵੀ ਜ਼ਿੰਮੇਵਾਰ ਜਦੋਂ ਨਾੜ ਨੂੰ ਅਪਣਾਉਂਦਾ, ਇਹਦੇ ਬਾਰੇ ਆਪਾਂ ਕੀ ਠੋਸ ਕਦਮ ਚੁੱਕਦੇ? ਨਹੀਂ, ਇਹਦੇ ਵਿੱਚ ਇਹ ਜਿਹੜਾ ਇਸ਼ੂ ਹੈਗਾ ਨਾ, ਇਹਦੇ ਵਿੱਚ ਹੋਰ ਵੀ ਮਹਿਕਮੇ ਹੈਗੇ ਨੇ ਇਨਵੋਲਵ, ਜਿਵੇਂ ਮੈਂ ਅੰਦਰ ਵੀ ਕਹਿ ਰਿਹਾ ਸੀਗਾ, ਜੰਗਲਾਤ ਮਹਿਕਮਾ, ਬਾਕੀ ਜਿਹੜਾ ਸਿਵਲ ਐਡਮਿਨਿਸਟ੍ਰੇਸ਼ਨ ਹੈ, ਤਾਂ ਉਹਨਾਂ ਦੇ ਨਾਲ ਡਿਸਕਸ ਕਰਕੇ ਆਪਾਂ ਇੱਕ ਪ੍ਰੋਪਰ ਇੱਕ ਕੰਪ੍ਰਹੈਂਸਿਵ ਸੋਲਿਊਸ਼ਨ ਡਿਵਾਈਸ ਕਰਦੇ ਹਾਂ, ਸੋ ਦੈਟ ਇਸ ਤਰ੍ਹਾਂ ਦਾ ਕੋਈ ਇਸ਼ੂ ਨਾ ਹੋਵੇ ਗਾ। ਸਰ ਇੱਕ ਡੇਰਾ ਬਾਬਾ ਨਾਨਕ ਬੜੀ ਹਿਸਟੋਰੀਕਲ ਸਿਟੀ ਹੈ ਔਰ ਤੁਹਾਨੂੰ ਪਤਾ ਇੰਟਰਨੈਸ਼ਨਲ ਯਾਤਰਾ ਚੱਲਦੀ ਹੈ, ਔਰ ਇੱਥੇ ਤਾਂ ਇੱਕ ਗੋਲੀ ਦਿੱਤੀ ਜਾਂਦੀ ਆ ਜਿਹੜੇ ਨਸ਼ੇ ਦੇ ਆਦੀ ਨੇ ਉਹਨਾਂ ਨੂੰ ਨਸ਼ਾ ਛਡਾਉਣ ਵਾਸਤੇ, ਪਰ ਜਦੋਂ ਨਸ਼ੇ ਦੀ ਗੋਲੀ ਲੈਣ ਆਉਂਦੇ ਆ ਔਰ ਉੱਥੇ ਆ ਕੇ ਸਵੇਰੇ ਉਹ ਰੇਕੀ ਕਰ ਜਾਂਦੇ ਆ, ਸ਼ਾਮ ਨੂੰ ਆ ਕਿਸੇ ਦਾ ਮੋਟਰਸਾਈਕਲ ਚੁੱਕ ਲੈਂਦਾ, ਕਿਸੇ ਦੀ ਚੇਨ ਖੋਲ ਲੈਂਦੇ ਨੇ, ਅਤੇ ਵਾਰਦਾਤਾਂ ਡੇਰਾ ਬਾਬਾ ਨਾਨਕ 'ਚ ਵਧੀਆਂ, ਕਿਸੇ ਯਾਤਰੀ ਨਾਲ ਇਹ ਭਾਣਾ ਵਾਪਰ ਗਿਆ ਅਤੇ ਪ੍ਰਸ਼ਾਸਨ ਨੂੰ ਇਹ ਉਹਦੇ ਵਾਸਤੇ ਮਾੜੀ ਗੱਲ ਹੋਈ। ਨਹੀਂ, ਇਹਦੇ ਵਿੱਚ ਉਪਰਾਲਾ ਜਾਰੀ ਹੈ, ਤਾਂ ਇਸ ਤਰ੍ਹਾਂ ਦਾ ਕੋਈ ਵੀ ਅਨਫੋਰਚੁਨੇਟ ਇੰਸੀਡੈਂਟ ਮੇਰੇ ਧਿਆਨ 'ਚ ਨਹੀਂ ਹੈ। ਬਟ ਅਗੇਨ, ਜਿਸ ਤਰ੍ਹਾਂ ਤੁਸੀਂ ਪੁਆਇੰਟ ਆਊਟ ਕਰ ਲਿਆ, ਸਾਰੀ ਟੀਮ ਚੌਕਸ ਹੈ, ਅਲਰਟ ਹੈ ਅਬਾਊਟ ਦੀਜ ਇੰਸੀਡੈਂਟਸ, ਐਂਡ ਜਿੱਥੇ ਇਸ ਤਰ੍ਹਾਂ ਤਾਂ ਕੋਈ ਇੰਸੀਡੈਂਟ ਹੁੰਦਾ ਹੈ ਤਾਂ ਅਸੀਂ ਪ੍ਰੀਵੈਂਟਿਵ ਪੁਲਿਸਿੰਗ ਵੀ ਕਰ ਰਹੇ ਹਾਂ, ਨਾਲ ਦੇ ਨਾਲ ਜੇ ਖੁਦਾ ਨਾ ਖਾਸਤਾ ਇਸ਼ੂ ਹੋ ਜਾਂਦਾ ਕਿਤੇ, ਤਾਂ ਵਿਲ ਪ੍ਰੋਐਕਟਿਵਲੀ ਡੀਲ ਵਿਦ ਸੱਚ ਕੇਸਿਸ। ਸਰ ਇਸ ਜਿਹੜੇ ਸੈਂਟਰ ਨੂੰ ਚੇਂਜ ਨਹੀਂ ਕੀਤਾ ਜਾ ਸਕਦਾ ਡੇਰਾ ਬਾਬਾ ਨਾਨਕ ਤੋਂ ਕਿਤੇ ਹੋਰ? ਇਹ ਥੋੜ੍ਹਾ ਵੀ ਕੈਨ ਐਕਸਪਲੋਰ ਇਟ। ਸਰ ਇੱਕ ਸਕੂਲਾਂ ਦੇ ਸਾਹਮਣੇ ਜਿਹੜੇ ਮੁੰਡੇ ਖਲੋਤੇ ਰਹਿੰਦੇ ਨੇ ਜਦੋਂ ਛੁੱਟੀ ਟਾਈਮ ਜਾਂ ਸਕੂਲ ਲੱਗਦੇ ਨੇ, ਸਰ ਜੇ ਪੁਲਿਸ ਦੀ ਗਸ਼ਤ ਹੋਵੇ ਜਾਂ ਪੈਟਰੋਲਿੰਗ ਹੋਵੇ ਤਾਂ ਸਰ ਉਸ ਚੀਜ਼ ਤੋਂ ਮਤਲਬ ਲੋਕ ਜਿਹੜੇ ਸੁਖੀ ਹੋਏ? ਗਸ਼ਤ ਔਰ ਪੈਟਰੋਲਿੰਗ ਦੇ ਜਿਹੜੇ ਬੰਦੋਬਸਤ ਅਸੀਂ ਕਰਦੇ ਹੈਗੇ ਨੇ, ਤਾਂ ਡਾਇਰੈਕਸ਼ਨ ਵੀ ਪਾਸ ਹੋਈਆਂ ਹੈਗੀਆਂ, ਤਾਂ ਗੱਡੀਆਂ ਜਿਹੜੇ ਰੈਪਿਡ ਦੀਆਂ ਹੈਗੀਆਂ ਉਹਨਾਂ ਨੂੰ ਵੀ ਅਸੀਂ ਹਾਲਟ ਪੁਆਇੰਟਸ ਹੁਣ ਉਹਨਾਂ ਦਾ ਏਰੀਆ ਮਿਲ ਚੁੱਕਿਆ ਹੈਗਾ, ਤਾਂ ਤੁਸੀਂ ਇਨ ਨੈਕਸਟ ਫਿਊ ਡੇਜ਼ ਚੰਗੀ ਇੰਪਰੂਵਮੈਂਟ ਦੇਖੋਗੇ। ਥੈਂਕ ਯੂ।